ਤੁਸੀਂ ਵੇਖ ਰਹੇ ਹੋ ਇਸ ਵੇਲੇ ਏਕਮ ਟੀਵੀ ਤੇ ਹੁਣ ਸਮਾਂ ਹੁੰਦਾ ਹੈ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਕੁਝ ਟਿਪਸ ਲੈਣ ਦਾ ਗੁਰਬੀਰ ਖਹਿਰਾ ਜੀ ਸਾਡੇ ਸਟੂਡੀਓ 'ਚ ਆਏ ਹੋਏ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਖਹਿਰਾ ਸਾਹਿਬ ਤੁਹਾਡਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਰਾਜ ਸਾਹਿਬ ਅਤੇ ਸਾਰੇ ਦਰਸ਼ਕਾਂ ਸਾਥੀ ਕਾਲ ਜੀ ਖਹਿਰਾ ਸਾਹਿਬ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਤੋਂ ਬਾਹਰ ਗਏ ਹੋਏ ਆ ਜਾਂ ਬਾਹਰੋਂ ਕਿਸੇ ਨੇ ਕੈਨੇਡਾ 'ਚ ਐਂਟਰ ਹੋਣਾ ਹੈ 30 ਜੂਨ ਤੱਕ ਉਹਨਾਂ ਦੇ ਆਉਣ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਲਗੀਆਂ ਹੋਈਆਂ ਸਨ ਹੁਣ ਕੀ ਬਣਾ ਹੈ ਆ ਰਾਏ ਸਾਹਿਬ ਜਿਹੜਾ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਸਪੋਕਸਪਰਸਨ ਨੇ ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਟਰੈਵਲ ਰੈਸਟ੍ਰਿਕਸ਼ਨਸ ਨੇ ਜਿਹੜੀਆਂ ਹੁਣ 31 ਜੁਲਾਈ ਤੱਕ ਲਾਗੂ ਰਹਿਣਗੀਆਂ ਹਾਂਜੀ 31 30 ਜੂਨ ਦੀ ਬਜਾਏ ਹੁਣ 31 ਜੁਲਾਈ ਤੱਕ ਲਾਗੂ ਰਹਿਣਗੀਆਂ ਸੋ ਜਿਹੜੇ ਲੋਕ ਐਗਜ਼ੈਂਪਟ ਨੇ ਇਹਨਾਂ ਰੈਸਟ੍ਰਿਕਸ਼ਨਸ ਤੋਂ ਕੌਣ ਕੌਣ ਆ ਸਕਦਾ ਉਹਦੇ ਚ ਕੈਨੇਡੀਅਨ ਸਿਟੀਜ਼ਨ ਤੇ ਪਰਮਨੈਂਟ ਰੈਜ਼ੀਡੈਂਟ ਹੈਗੇ ਨੇ ਇਹਦੇ ਨਾਲ ਨਾਲ ਸਟੂਡੈਂਟ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਪਰਮਨੈਂਟ ਰੈਜ਼ੀਡੈਂਟ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਤੇ ਇਹਦੇ ਨਾਲ ਨਾਲ ਵਰਕਰਸ ਨੇ ਜਿਹੜੇ ਕਿਸੇ ਵੀ ਸਮੇਂ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਪਰ ਵਰਕਰਸ ਦੇ ਉੱਤੇ ਨਾਲ ਦੀ ਨਾਲ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਉਹ ਡਿਫਰੈਂਟ ਤਰੀਕੇ ਦੀਆਂ ਹੈਗੀਆਂ ਨੇ ਇਹ ਤੋਂ ਇਲਾਵਾ ਪੇਰੈਂਟਸ ਗ੍ਰੈਂਡਪੇਰੈਂਟਸ ਬੱਚੇ ਜਿਹੜੇ ਕੈਨੇਡੀਅਨ ਪਾਮਨਰਾਈਜ਼ਮ ਦੀ ਐਸਿਟਿਜ਼ਨ ਦੇ ਹੋਣਗੇ ਉਹ ਆ ਸਕਦੇ ਨੇ ਤੇ ਜੇ ਕੋਈ ਵਰਕਰ ਦਾ ਇਮੀਡੀਏਟ ਫੈਮਿਲੀ ਮੈਂਬਰ ਹੈ ਉਹ ਤੇ ਡਿਫਰੈਂਟ ਤਰ੍ਹਾਂ ਦਾ ਕ੍ਰਾਈਟੇਰੀਆ ਹੈਗਾ ਸੋ ਪਹਿਲਾਂ ਜੇ ਆਪਾਂ ਵਰਕਰਸ ਦੀ ਗੱਲ ਕਰੀਏ ਉਹ ਟ੍ਰੈਵਲ ਰੈਸਟ੍ਰਿਕਸ਼ਨ ਥੱਲੇ ਨਹੀਂ ਆਉਂਦੇ ਪਰ ਉਹਨਾਂ ਲਈ ਜ਼ਰੂਰੀ ਹੈ ਕਿ ਉਹਨਾਂ ਕੋਲੇ ਜੌਬ ਅਵੇਲੇਬਲ ਹੋਣਾ ਇੱਥੇ ਜ਼ਰੂਰੀ ਹੈਗਾ ਸੋ ਚਾਹੇ ਵਰਕ ਪਰਮਿਟ ਮਿਲੇ ਪਰ ਜੌਬ ਅਵੇਲੇਬਲ ਹੋਣਾ ਜ਼ਰੂਰੀ ਹੈ ਤੇ ਨਾਲ ਦੀ ਨਾਲ ਕੁਆਰੰਟਾਈਨ ਨੂੰ ਵੀ ਜਿਹੜਾ ਐਕਟ ਆ ਉਹਨੂੰ ਵੀ ਵਧਾ ਦਿੱਤਾ ਗਿਆ ਸੋ ਉਹਨਾਂ ਨੇ 14 ਦਿਨ ਕੁਆਰੰਟਾਈਨ ਵੀ ਕਰਨਾ ਹੈਗਾ ਰਾਦਰ ਪਿਛਲੇ ਸਮੇਂ ਦੇ ਵਿੱਚੋਂ ਯੂਰਪ ਨੇ ਇੱਕ ਸੇਫ ਕੰਟਰੀ ਲਿਸਟ ਕੱਢੀ ਸੀ ਕਿ ਲੋਕ ਉਥੋਂ ਆ ਜਾਓ ਜਾ ਸਕਦੇ ਨੇ ਤੇ ਕੈਨੇਡਾ ਵੀ ਉਹਨਾਂ ਦੇ ਵਿੱਚੋਂ ਸੀ ਪਰ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਟੂ ਫਾਸਟ ਹੈਗਾ ਐਕਟ ਕਰਨਾ ਕਿ ਆਪਾਂ ਉਹ ਉਹਦੇ ਚ ਹੋਈਏ ਤੇ ਲੋਕਾ ਨੂੰ ਜਾਣ ਕਰਨ ਸੋ ਉਹਨਾਂ ਨੇ ਉਹਦੇ ਚ ਸ਼ਾਮਲ ਹੋਣ ਤੋਂ ਜਿਹੜਾ ਨਾ ਕਰ ਦਿੱਤੀ ਹੈਗੀ ਹੈ ਤੇ ਟਰੈਵਲ ਰੈਸਟ੍ਰਿਕਸ਼ਨ ਵੀ ਬਤਾਤੀਆਂ ਹੁਣ ਜਿਹੜਾ ਕੋਈ ਕਿਸੇ ਨੂੰ ਓਪਨ ਪਰਮਿਟ ਮਿਲਿਆ ਸੋ ਜਿਹੜਾ ਕੋਈ ਸਪਾਊਸ ਹੈਗਾ ਸਟੂਡੈਂਟ ਦਾ ਜਾਂ ਵਰਕਰ ਦਾ ਉਹਨੂੰ ਓਪਨ ਪਰਮਿਟ ਮਿਲਿਆ ਉਹਦੇ ਲਈ ਸਰਕਾਰ ਨੇ ਇੱਕ ਸੌਖ ਕੀਤੀ ਹੈ ਕਿ ਬਹੁਤ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ 에ਅਰਲਾਈਨ ਡਿਨਾਈ ਕਰਦੀਆਂ ਸੀ ਉਹਨਾਂ ਨੇ ਹੁਣ ਇੱਕ ਆਥਰਾਇਜ਼ੇਸ਼ਨ ਲੈਟਰ ਹੈ ਜਿਹੜੀ ਉਹ ਬਣਾਤੀ ਹੈ ਸੋ ਜੇ ਕੋਈ ਸਟੂਡੈਂਟ ਜਾਂ ਵਰਕਰ ਦਾ ਸਪਾਊਸ ਜਾਂ ਇਮੀਡੀਏਟ ਫੈਮਿਲੀ ਮੈਂਬਰ ਹੈ ਉਨੇ ਜਦੋਂ ਆਉਣਾ ਉਹ ਤੋਂ ਪਹਿਲਾਂ ਇੱਕ ਈਮੇਲ ਕ੍ਰੀਏਟ ਕੀਤਾ ਗਿਆ ਉਹ ਸਾਰੀ ਜਾਣਕਾਰੀ ਤੁਸੀਂ ਜੋ ਵੀ ਰਿਕੁਆਇਰਮੈਂਟਸ ਨੇ ਉਹਨਾਂ ਦੀਆਂ ਉਹ ਉਸ ਈਮੇਲ ਤੇ ਭੇਜਣੀਆਂ ਨੇ ਉਸ ਤੋਂ ਬਾਅਦ ਇੱਕ ਲੈਟਰ ਆਫ ਅਥਾਰਾਈਜੇਸ਼ਨ ਇਸ਼ੂ ਕਰ ਦੇਣਗੇ ਉਹ 에ਅਰਲਾਈਨ ਨੂੰ ਦਿਖਾ ਕੇ ਤੁਸੀਂ ਆ ਸਕਦੇ ਹੋ ਉਹ ਰਿਕੁਆਇਰਮੈਂਟ ਚ ਕੀ ਹੈ ਕਿ ਜੌਬ ਅਵੇਲੇਬਲ ਹੈ ਕੁਆਰੰਟਾਈਨ ਪਲਾਨ ਕੀ ਹੈ ਬੰਦੇ ਦੀ ਕੀ ਡਿਟੇਲਸ ਨੇ ਉਹਨੂੰ ਜਿਹੜੀਆਂ ਉਹਦੀਆਂ ਐਸੈਂਸ਼ੀਅਲ ਨੀਡਸ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਲਿਸਟ ਕਰਨੀਆਂ ਨੇ ਰਾਦਰ ਕੇ ਪਹਿਲਾਂ ਤੁਹਾਨੂੰ ਲੈ ਕੇ ਜਾਣੀਆਂ ਪੈਂਦੀਆਂ ਸੀ ਤੇ 에ਅਰਲਾਈਨ ਡਿਸਾਈਡ ਕਰਦੀ ਸੀ ਉਹ ਕਹੇ ਵੀ ਡਿਨਾਈ ਕਰ ਦਿੰਦੇ ਸੀ ਪਰ ਜਦ ਇਮੀਗ੍ਰੇਸ਼ਨ ਹੀ ਡਿਸਾਈਡ ਕਰੂਗਾ ਕਿ ਬੰਦੇ ਨੂੰ ਆਉਣ ਦੋ ਤੇ ਉਹਨੂੰ ਚਿੱਠੀ ਦੇ ਦੇਣਗੇ ਫਿਰ ਉਹਨਾਂ ਆਣਾ ਸੌਖਾ ਹੋ ਜਾਊਗਾ ਉਹਦੇ ਵਿੱਚ ਉਹ ਡਿਟੇਲ ਚ ਦੇਖਣਾ ਚਾਹੁੰਦੇ ਨੇ ਕਿ ਇਹ ਰਿਲੇਸ਼ਨਸ਼ਿਪ ਸਟਿਲ ਕੰਟੀਨਿਊਡ ਹੈਗਾ ਮਤਲਬ ਹਜ ਵੀ ਹਸਬੰਡ ਵਾਈਫ ਹੈਗੇ ਕਿ ਨਹੀਂ ਫਾਈਨੈਂਸ਼ੀਅਲ ਸਪੋਰਟ ਕੀ ਹੈ ਕਦੋਂ ਬੰਦੇ ਨੇ ਆਉਣਾ ਉਹ ਕਿੱਥੇ ਰਹੂਗਾ ਉਹ ਸਾਰੀਆਂ ਚੀਜ਼ਾਂ ਉਹ ਤੋਂ ਬਾਅਦ ਲੈਟਰ ਆਫ ਅਥਾਰਾਈਜੇਸ਼ਨ ਇਸ਼ੂ ਕੀਤਾ ਜਾਊਗਾ ਇਹ ਬਿਨਾ ਲੈਟਰ ਆਫ ਅਥਾਰਾਈਜੇਸ਼ਨ ਤੋਂ ਤੁਹਾਨੂੰ 에ਰਲਾਈਨ ਬੋਰਡ ਨਹੀਂ ਕਰਨ ਦੇਊਗੀ ਤੇ ਦੂਜੇ ਦੇ ਨਾਲ ਨਾਲ ਮੋਰ ਇੰਪੋਰਟੈਂਟ ਹੈ ਕਿ ਜੇ ਤੁਸੀਂ ਟਿਕਟ ਬੁੱਕ ਕਰਾ ਲੈਣਾ ਤੁਹਾਨੂੰ 에ਰਲਾਈਨ ਨੇ ਬੋਰਡ ਨਾ ਕਰਨ ਦਿੱਤਾ ਉਹ ਤੁਹਾਡਾ ਟਿਕਟ ਦਾ ਨੁਕਸਾਨ ਹੋ ਜਾਂਦਾ ਪਰਮਨੈਂਟ ਰੈਜ਼ੀਡੈਂਟ ਨੇ ਜਿਨ੍ਹਾਂ ਦੇ ਕਾਰਡ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਲਈ ਵਿ ਇਮੇਲ ਦੇ ਥਰੂ ਕਰਨੀ ਹੈ ਸੋ ਤੁਸੀਂ ਐਪਲੀਕੇਸ਼ਨ ਉਹਦੀ ਪ੍ਰੋਸੈਸਿੰਗ ਫੀ ਸਬੂਤ ਨਾਲ ਦੇਣੇ ਉਹ ਤੋਂ ਬਾਅਦ ਵਿਦਨ 48 ਆਵਰਸ ਉਹ ਫੈਸਲਾ ਜਿਹੜਾ ਕਰ ਦਿੰਦੇ ਨੇ ਮੈਂ ਖੁਸ਼ੀ ਹੋ ਰਹੀ ਹੈ ਦੱਸ ਦੇਣਾ ਰਾਜ ਸਾਹਿਬ ਕਿ ਪਿਛਲੇ 2 ਹਫਤੇ ਦੇ ਦੌਰਾਨ ਬਹੁਤ ساری ਅਰਜ਼ੀਆਂ ਕੀਤੀਆਂ ਵਿਦਨ 48 ਆਵਰਸ ਉਹਨਾਂ ਦਾ ਡਿਸੀਜਨ ਆਉਂਦੇ ਰਹੇ ਇੱਕ ਦੋ ਬੱਚਿਆਂ ਦੀ ਅਰਜ਼ੀ ਸੀਗੀ ਉਹ ਵਿਦਨ 24 ਆਵਰਸ ਉਹਦਾ ਡਿਸੀਜਨ ਆ ਗਿਆ ਸੋ ਦਾ ਸਟੈਪ ਪਹਿਲਾ ਕੀ ਹੈਗਾ ਕਿਉਂ ਤੁਹਾਨੂੰ ਔਕੇ ਦੱਸ ਦੇ ਕਿ ਤੁਹਾਡਾ ਕੇਸ ਅਪਰੂਵ ਹੋ ਚੁੱਕਿਆ ਹੈ ਦੂਜਾ ਸਟੈਪ ਹੈਗਾ ਉਹ ਕਹਿੰਦੇ ਨੇ ਕਿ 에어ਲਾਈਨ ਦੀ ਟਿਕਟ ਦੀ ਕਾਪੀ ਪ੍ਰੋਵਾਈਡ ਕਰੋ ਫਿਰ ਉਹ ਤੁਹਾਨੂੰ ਲੈਟਰ ਆਫ ਅਥੋਰਾਈਜੇਸ਼ਨ ਦੈਟ ਸੋ ਜੇ ਕੋਈ ਪਰਮਨੈਂਟ ਰੈਜ਼ੀਡੈਂਟ ਵੀ ਸਟਕ ਹੋਇਆ ਹੈ ਜਿਹਦੇ ਕੋਲ ਪੀਆਰ ਕਾਰਡ ਐਕਸਪਾਇਰ ਹੋ ਗਿਆ ਉਹਦੇ ਲਈ ਵੀ ਸਰਕਾਰ ਨੇ ਹੁਣ ਸੌਕ ਹੈ ਜਿਹੜੀ ਕੀਤੀ ਹੈ ਜੀ ਖਾਲਸਾ ਸਾਹਿਬ ਜਿਹੜੇ ਲੋਕ ਕੈਨੇਡਾ ਦੇ ਵਿੱਚ ਕੱਚੇ ਨੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਕੈਨੇਡਾ ਦਾ ਇਸ ਵਾਰੀ ਦਾ ਜਿਹੜਾ ਇਮੀਗ੍ਰੈਂਟਸ ਲੋਕਾਂ ਦਾ ਕੋਟਾ ਹੈ ਉਹ ਪੂਰਾ ਨਹੀਂ ਹੋ ਸਕਿਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਕੋਟਾ ਪੂਰਾ ਕਰਨ ਲਈ ਕੈਨੇਡੀਅਨ ਸਰਕਾਰ ਕੋਈ ਜਿਹੜੇ ਕੱਚੇ ਲੋਕ ਹੈ ਉਹਨਾਂ ਨੂੰ ਪੱਕੇ ਕਰ ਰਹੀ ਹੈ ਪਹਿਲਾਂ ਤਾਂ ਰਾਜ ਸਾਹਿਬ ਇੱਥੇ ਦੋ ਡਿਫਰੈਂਟ ਥੀਵਜ਼ ਨੇ ਸਭ ਤੋਂ ਪਹਿਲਾਂ ਇੱਕ ਟੀਡੀ ਬੈਂਕ ਨੇ ਇੱਕ ਰਿਪੋਰਟ ਦਿੱਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਐਸ ਕੀ ਜਿਹੜੇ ਇਮੀਗਰੈਂਟ ਲੋਕ ਨੇ ਉਹ ਘਟ ਆਉਣਗੇ ਤੇ ਉਹਦੇ ਨਾਲ ਹੋਰ ਕਿੰਨੇ ਸੈਕਟਰਸ ਦੇ ਉੱਤੇ ਇਕਨੋਮੀ ਦੇ ਉੱਤੇ ਕਿਵੇਂ ਫਰਕ ਪਾਊਗਾ ਕਿਉਂਕਿ ਕੋਵਿਡ-19 ਕਰਕੇ ਪ੍ਰੋਸੈਸਿੰਗ ਕੱਟ ਹੋਊਗੀ ਇਹਦੇ ਨਾਲ ਨਾਲ ਦੂਜਾ ਜਿਹੜਾ ਇਹਦਾ ਐਸਪੈਕਟ ਹੈਗਾ ਉਹ ਹੈਗਾ ਕਿ ਜਦੋਂ ਇਨਵੀਟੇਸ਼ਨ ਹੈ ਜਿਹੜੀ ਤੁਸੀਂ ਅਰਜ਼ੀ ਕਰਨ ਲਈ ਅਪਲਾਈ ਕਰਦੇ ਹੋ ਜਿਹਨੂੰ ਆਈਟੀ ਆਖਿਆ ਜਾਂਦਾ ਹੈ ਉਹ ਐਤਕੀ 49900 ਦਿੱਤੀਆਂ ਜਾ ਚੁੱਕੀਆਂ ਨੇ ਹੁਣ ਜੂਨ ਮਹੀਨੇ ਤੱਕ ਜੇ ਆਪਾਂ ਪਿਛਲੇ ਸਾਲ ਦੇ ਜੂਨ ਨੂੰ ਦੇਖੀਏ ਤਾਂ ਉਦੋਂ ਕਿਤੇ ਜ਼ਿਆਦਾ ਹੈਗਾ ਪਰ ਇਹਦਾ ਦੂਜਾ ਐਸਪੈਕਟ ਇੱਕ ਹੋਰ ਹੈ ਉਹ ਹੈਗਾ ਕਿ ਅਪ੍ਰੈਲ ਮਹੀਨੇ ਦੇ ਵਿੱਚੋਂ ਪਿਛਲੇ ਸਾਲ 2019 ਦੇ ਵਿੱਚੋਂ 29000 ਤੋਂ ਵੱਧ ਲੋਕ ਲੈਂਡ ਹੋਏ ਸੀ ਤੇ ਐਤਕੀ ਅਪ੍ਰੈਲ ਮਹੀਨੇ ਚ ਸਿਰਫ 4000 ਲੋਕ ਆਏ ਨੇ ਸੋ ਸਰਕਾਰ ਆਪਣੀ ਜ਼ਿੰਮੇਵਾਰੀ ਤਾਂ ਪੂਰੀ ਕਰਦੀ ਜਾ ਰਹੀ ਹੈ ਕਿ ਇਨਵਾਈਟ ਲੋਕਾਂ ਨੂੰ ਦਿੰਦੀ ਜਾ ਰਹੀ ਹੈ ਤੁਸੀਂ ਐਪਲੀਕੇਸ਼ਨ ਕਰੋ ਉਸ ਤੋਂ ਬਾਅਦ ਹਾਂ ਉਹ ਟ੍ਰੈਵਲ ਰੈਸਟ੍ਰਿਕਸ਼ਨ ਨੇ ਉਹ ਲੋਕ ਨਹੀਂ ਆ ਸਕਦੇ ਜਿਨ੍ਹਾਂ ਨੂੰ 18 ਮਾਰਚ ਤੋਂ ਬਧੇ ਉਹ ਛੇਤੀ ਖਤਮ ਹੋ ਜਾਣਗੇ ਹੁਣ ਜਿਹੜਾ ਦੂਜਾ ਆਪਜੀ ਦੇ ਸਵਾਲ ਦਾ ਹਿੱਸਾ ਸੀ ਉਹ ਇਹ ਸੀਗਾ ਕਿ ਕੱਚੇ ਲੋਕਾਂ ਨੂੰ ਪੱਕਾ ਕਰਨ ਲਈ ਇਹਦੀ ਜਿਹੜੀ ਸ਼ੁਰੂਆਤ ਹੈ ਇਹ ਹੋਈ ਜਦੋਂ ਕਿਬੈਕ ਤੇ 온ਟਾਰੀਓ ਦੇ ਵਿੱਚ ਉਹ 올ਡ ਏਜ ਹੋਮਸ ਦੇ ਵਿੱਚੋਂ ਕੋਵਿਡ ਫੈਲਿਆ ਜੀ ਉਸ ਸਮੇਂ ਜਿਹੜੇ ਲੋਕ ਰੈਫਿਊਜੀ ਕਲੇਮੈਂਟ ਸੀ ਤੇ ਉਹ ਕਿਬੈਕ ਦੇ 올ਡੇਜ ਹੋਮਸ ਦੇ ਵਿੱਚ ਕੰਮ ਕਰ ਰਹੇ ਸੀਗੇ ਕਿਬੈਕ ਸਰਕਾਰ ਨੇ ਇੱਕ ਪ੍ਰੋਪੋਜ਼ਲ ਲਿਆਂਦਾ ਸੀ ਕਿਉਂਕਿ ਇਹ ਫਰੰਟਲਾਈਨ ਵਰਕਰਸ ਨੇ ਇਹ ਆਪਣੀ ਜਾਨ ਦਾ ਖਤਰਾ ਸਮਝ ਕੇ ਵੀ ਇਹ ਸੇਵਾ ਕਰ ਰਹੇ ਨੇ ਸੋ ਇਹਦਾ ਰਿਵਾਰਡ ਹੈ ਜਿਹੜਾ ਇਹਨਾਂ ਨੂੰ ਪੱਕਿਆਂ ਕਰਕੇ ਦਿੱਤਾ ਜਾਵੇ ਸੋ ਪਲਾਨ ਆਉਣ ਵਾਲੇ ਸਮੇਂ ਦੇ ਵਿੱਚੋਂ ਇਹ ਸੀ ਕਿ ਜਿਹੜੇ ਓਲਡ ਏਜ ਹੋਮਸ ਦੇ ਵਿੱਚੋਂ ਹੈਲਥ ਵਰਕਰਸ ਦੇ ਤੌਰ ਤੇ ਕੰਮ ਕਰਵਾਰੇ ਲੋਕ ਨੇ ਤੇ ਉਹ ਰੈਫਿਊਜੀ ਕਲੇਮੈਂਟ ਨੇ ਤੇ ਉਹ ਕਿਬੈਕ ਚ ਨੇ ਉਹਨਾਂ ਨੂੰ ਪਰਮਨੈਂਟ ਕਰਨ ਬਾਰੇ ਵਿਚਾਰ ਸੀਗਾ ਪਰ ਹਾਲੇ ਉਤੇ ਕੋਈ ਜਿਹੜਾ ਪ੍ਰੋਗਰਾਮ ਲਾਂਚ ਨਹੀਂ ਕੀਤਾ ਲੋ ਜੀ ਤੁਹਾਡੇ ਕੋਲ ਵੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਚ ਸ਼ੰਕਾ ਹੋਵੇ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ CWCC ਦੇ ਆਫਿਸ ਗੁਰਪ੍ਰੀਤ ਖਹਿਰਾ ਹਰ ਹਰ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੋ ਔਰ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਜਾਣਗੇ ਕੋਈ ਵੀ ਉਸ ਚੀਜ਼ ਦਾ ਪੈਸਾ ਜਾਂ ਕੋਈ ਫੀਸ ਨਹੀਂ ਚਾਰਜ ਕੀਤੀ ਜਾਂਦੀ ਖਹਿਰਾ ਸਾਹਿਬ ਬਹੁਤ ਮਿਹਰਬਾਨ ਜੀ ਧੰਨਵਾਦ ਜੀ